ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗੀ ਦੇ ਮੇਲੇ ਦਾ ਸੰਬੰਧ ਮੁਕਤਸਰ ਦੀ ਧਰਤੀ ਦੇ ਨਾਲ ਹੈ ਜਿੱਥੇ 10ਵੇਂ ਪਾਸ਼ਾ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੰਘਾਂ ਨੂੰ ਬੇਦਾਵੇ ਤੋਂ ਮੁਕਤ ਕੀਤਾ ਸੀ ਉਹ 40 ਮੁਕਤੇ ਜਿਨ੍ਹਾਂ ਨੂੰ ਅਸੀਂ ਅਰਦਾਸ ਕਰਨ ਵੇਲੇ ਚੇਤੇ ਕਰਦੇ ਹਾਂ ਜਦੋਂ ਬਾਈ ਤਾਰ ਦੇ ਰਾਜਿਆਂ ਤੇ ਮੁਗਲਾਂ ਨੇ ਅਨੰਦਪੁਰ ਨੂੰ ਘੇਰਾ ਪਾਇਆ ਸੀ ਤੇ ਕੋਈ ਵੀ ਸਮਾਨ ਕਿਲੇ ਦੇ ਅੰਦਰ ਨਹੀਂ ਸੀ ਜਾਣ ਦਿੰਦੇ ਖਾਣ ਪੀਣ ਦਾ ਸਮਾਨ ਖਤਮ ਹੋ ਗਿਆ ਸੀ ਤਾਂ ਭੁੱਖ ਤੋਂ ਤੰਗ ਆਏ 40 ਸਿੱਖਾਂ ਨੇ ਗੁਰੂ ਜੀ ਤੋਂ ਮੂੰਹ ਮੋੜ ਲਿਆ ਸੀ ਅਤੇ ਉਹਨਾਂ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਸੀ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਗੁਰੂ ਜੀ ਤੇ ਵਿਸ਼ਵਾਸ ਅਤੇ ਸ਼ਰਧਾ ਰੱਖਣ ਵਾਲੇ ਸਿੱਖ ਗੁਰੂ ਜੀ ਦੇ ਨਾਲ ਉੱਥੇ ਹੀ ਆਨੰਦਪੁਰ ਦੇ ਕਿਲੇ ਦੇ ਵਿੱਚ ਟਿਕੇ ਰਹੇ ਜਦੋਂ ਉਹ 40 ਸਿੱਖ ਆਪਣੇ ਆਪਣੇ ਘਰੇ ਪਹੁੰਚੇ ਤਾਂ ਘਰਦਿਆਂ ਨੇ ਉਹਨਾਂ ਦੇ ਆਉਣ ਦਾ ਕਾਰਨ ਪੁੱਛਿਆ ਤਾ ਕਾਰਨ ਸੁਣ ਕੇ ਘਰਦਿਆਂ ਨੇ ਕਿਹਾ ਕਿ ਜਿਹੜੇ ਗੁਰੂ ਨੇ ਸਾਡੀ ਆਜ਼ਾਦੀ ਖੁਸ਼ਹਾਲੀ ਅਤੇ ਚੰਗੇ ਜੀਵਨ ਲਈ ਜ਼ੁਲਮ ਅਨਿਆਂ ਅਤੇ ਦਹਿਸ਼ਤਗਰਦੀ ਦਾ ਸਾਹਮਣਾ ਕੀਤਾ ਤੁਸੀਂ ਉਸ ਗੁਰੂ ਨੂੰ ਕੇਵਲ পেট ਦੀ ਭੁੱਖ ਕਾਰਨ ਛੱਡਾ ਏ ਜਿਸ ਗੁਰੂ ਨੇ ਦੇਸ਼ ਕੌਮ ਲਈ ਆਪਣੇ ਪਿਤਾ ਦੀ ਕੁਰਬਾਨੀ ਦਿੱਤੀ ਅੱਜ ਲੋੜ ਪੈਣ ਤੇ ਉਸ ਗੁਰੂ ਦਾ ਸਾਥ ਛੱਡਾ ਏ ਮਾਈ ਭਾਗੋ ਨੇ ਸਿੱਖਾਂ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਵਾਇਆ ਜਬਾਲ ਦੀ ਧਰਤੀ ਤੇ ਇੱਕ ਸਿੱਖ ਦਾ ਅਕਾਲ ਚਲਾਣਾ ਹੁੰਦਾ ਹੈ ਇਹ ਸਿੱਖ ਉੱਥੇ ਅਫਸੋਸ ਲਈ ਜਾਂਦੇ ਹਨ ਜਿੱਥੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਜੀ ਦੇ ਵੱਡੇ ਸਹਿਬਜ਼ਾਦੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਇਹ ਸੁਣ ਕੇ ਉਹਨਾਂ ਦਾ ਅੰਦਰ ਵਿਲਕ ਉੱਠਦਾ ਹੈ 7 ਸਾਲ ਦੀ ਉਮਰ ਵਾਲੇ ਬਾਬਾ ਫਤਿਹ ਸਿੰਘ ਜੀ ਜ਼ਾਲਮਾਂ ਨੂੰ ਵੰਗਾਰ ਕੇ ਚਲੇ ਗਏ ਗੁਰੂ ਜੀ ਨੇ ਆਪਣਾ ਪਰਿਵਾਰ ਸਾਡੇ ਲਈ ਵਾਰ ਦਿੱਤਾ ਅਸੀਂ ਕਿਸ ਵਾਸਤੇ ਗੁਰੂ ਜੀ ਦਾ ਸਾਥ ਛੱਡ ਕੇ ਆ ਗਏ ਮਨ ਦੇ ਵਿੱਚੋਂ ਆਵਾਜ਼ ਆਈ ਕਿ ਗੁਰੂ ਜੀ ਦੇ ਚਰਨ ਫੜ ਕੇ ਮਾਫੀ ਮੰਗ ਲਈਏ ਇਸ ਵਾਸਤੇ ਮਾਈ ਭਾਗੋ ਜੀ ਨੇ ਉਹਨਾਂ ਸਿੱਖਾਂ ਦੀ ਅਗਵਾਈ ਕੀਤੀ ਤੇ ਕਿਹਾ ਮੇਰਾ ਗੁਰੂ ਗੁਰੂ ਗੋਬਿੰਦ ਸਿੰਘ ਜੀ ਪੁੱਲਿਆਂ ਦੀ ਪੁੱਲ ਬਖਸ਼ਾਉਣ ਵਾਲਾ ਟੁੱਟਿਆਂ ਨੂੰ ਜੋੜਨ ਵਾਲਾ ਤੇ ਭਟਕਿਆਂ ਨੂੰ ਸਿੱਧੇ ਰਾਹ ਪਾਉਣ ਵਾਲਾ ਹੈ ਫਿਰ ਇਹ ਸਿੱਖ ਮਾਈ ਭਾਗੋ ਜੀ ਨਾਲ ਮਿਲ ਕੇ ਗੁਰੂ ਜੀ ਦੀ ਪਾਲ ਵਿੱਚ ਨਿਕਲਦੇ ਹਨ ਉਸ ਸਮੇਂ ਮੁਗਲ ਫੌਜਾਂ ਗੁਰੂ ਜੀ ਦੀ ਪਾਲ ਵਿੱਚ ਫਿਰਦੀਆਂ ਸਨ ਗੁਰੂ ਜੀ ਨੂੰ ਪਤਾ ਲੱਗਾ ਕਿ 10000 ਮੁਗਲਾਂ ਦੀ ਫੌਜ ਹਮਲਾ ਕਰਨ ਲਈ ਆ ਰਹੀ ਹੈ ਮੁਕਤਸਰ ਦਾ ਇਲਾਕਾ ਅਜਿਹਾ ਇਲਾਕਾ ਸੀ ਜਿੱਥੇ ਜ਼ਮੀਨ ਰੇਤਲੀ ਸੀ ਪਾਣੀ ਦੇ ਸਰੋਤ ਬਹੁਤ ਘੱਟ ਸਨ ਉਸ ਇਲਾਕੇ ਵਿੱਚ ਦੋ ਪਰਾ ਰਹਿੰਦੇ ਸਨ ਇੱਕ ਦਾ ਨਾਮ ਸੀ ਖਿਰਦਾਣਾ ਤੇ ਦੂਜੇ ਦਾ ਨਾਮ ਸੀ ਸਰਦਾਣਾ ਜਿਸ ਪਾਣੀ ਦੇ ਸਰੋਤ ਉੱਤੇ ਖਿਰਦਾਣੇ ਦਾ ਕਬਜ਼ਾ ਸੀ ਉਸ ਨੂੰ ਖਿਰਦਾਣੇ ਦੀ ਢਾਬ ਕਿਹਾ ਜਾਂਦਾ ਸੀ ਸਿੱਖਾਂ ਨੇ ਖਿਰਦਾਣੇ ਦੀ ਢਾਬ ਉੱਤੇ ਕਬਜ਼ਾ ਕੀਤਾ ਸਿੱਖਾਂ ਅਤੇ ਮੁਗਲਾਂ ਵਿਚਕਾਰ ਯੁੱਧ ਹੋਇਆ ਇਸ ਯੁੱਧ ਵਿੱਚ ਗੁਰੂ ਜੀ ਦਾ ਸਾਥ ਦੇਣ ਲਈ 40 ਸਿੰਘ ਵੀ ਆ ਗਏ ਉਹਨਾਂ ਨੇ ਯੁੱਧ ਦੇ ਵਿੱਚ ਵੱਧ ਝੜ ਕੇ ਹਿੱਸਾ ਲਿਆ ਅਤੇ ਯੁੱਧ ਜਿੱਤਣ ਦੇ ਲਈ ਸਿੱਖਾਂ ਨੇ ਝਾੜੀਆਂ ਉੱਤੇ ਕੱਪੜੇ ਪਾ ਦਿੱਤੇ ਤਾਂ ਕਿ ਮੁਗਲਾਂ ਨੂੰ ਇਹ ਭੁਲੇਖਾ ਲੱਗੇ ਕਿ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਯੁੱਧ ਦੇ ਮੈਦਾਨ ਵਿੱਚ ਸਿੱਖਾਂ ਦੀ ਬਹਾਦਰੀ ਨੂੰ ਵੇਖ ਕੇ ਮੁਗਲਾਂ ਮੁਗਲ ਯੁੱਧ ਦਾ ਮੈਦਾਨ ਛੱਡ ਕੇ ਭੱਜਣਾ ਸ਼ੁਰੂ ਕਰ ਦਿੰਦੇ ਹਨ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ 14ਵੀਂ ਅਤੇ ਆਖਰੀ ਜੰਗ ਸੀ ਯੁੱਧ ਦੇ ਮੈਦਾਨ ਵਿੱਚ ਜ਼ਖਮੀ ਅਤੇ ਸ਼ਹੀਦ ਹੋਏ ਇਕੱਲੇ ਇਕੱਲੇ ਸਿੱਖ ਕੋਲ ਗੁਰੂ ਗੋਬਿੰਦ ਸਿੰਘ ਜੀ ਆਪ ਜਾਂਦੇ ਹਨ ਉਹਨਾਂ ਦੀ ਬਹਾਦਰੀ ਵੇਖ ਉਹਨਾਂ ਨੂੰ ਸਤਕਾਰ ਦਿੰਦੇ ਹਨ ਅਤੇ ਕਹਿੰਦੇ ਹਨ ਇਹ ਸਿੱਖ ਮੇਰਾ 10 ਹਜ਼ਾਰੀ ਹੈ ਇਹ ਸਿੱਖ ਮੇਰਾ 15 ਹਜ਼ਾਰੀ ਹੈ ਇਹ ਸਿੱਖ ਮੇਰਾ ਨਵਾਬ ਹੈ ਫਿਰ ਮਹਾ ਸਿੰਘ ਜੀ ਦਾ ਖੂਨ ਨਾਲ ਭਿੱਜਿਆ ਹੋਇਆ ਮੂੰਹ ਆਪਣੀ ਗੋਦ ਵਿੱਚ ਰੱਖ ਕੇ ਆਪਣੇ ਸਰੋਪੇ ਨਾਲ ਖੂਨ ਸਾਫ਼ ਕਰਦੇ ਹਨ ਤੇ ਕਹਿੰਦੇ ਹਨ ਬੋਲ ਮੇਰੇ ਮਹਾ ਸਿੰਘ ਕੀ ਕਹਿਣਾ ਚਾਹੁੰਦਾ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਸਿੱਖਾਂ ਪ੍ਰਤੀ ਪਿਆਰ ਵੇਖਣ ਨੂੰ ਮਿਲਦਾ ਹੈ ਜਦੋਂ ਚਮਕੌਰ ਸਾਹਿਬ ਦੀ ਜੰਗ ਯੁੱਧ ਦੇ ਮੈਦਾਨ ਦੀ ਗੱਲ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੁੱਤਰਾਂ ਦੇ ਸ਼ਰੀਰਾਂ ਕੋਲੋਂ ਇਸੇ ਤਰ੍ਹਾਂ ਬਿਨਾਂ ਕਫਨ ਪਾਏ ਚਲੇ ਗਏ ਸਨ ਪਰ ਇੱਥੇ ਸਿੱਖਾਂ ਨਾਲ ਉਹਨਾਂ ਦਾ ਪਿਆਰ ਵੇਖੋ ਕਿ ਕਿਸ ਤਰ੍ਹਾਂ ਕੱਲੇ-ਕੱਲੇ ਸਿੱਖ ਦੇ ਹੂਨ ਨਾਲ ਭਿੱਜੇ ਹੋਏ ਮੁੱਖ ਨੂੰ ਚੱਕ ਕੇ ਆਪਣੀ ਗੋਦ ਵਿੱਚ ਰੱਖ ਕੇ ਉਸ ਦਾ ਆਪਣੇ ਸਰੂਪੇ ਨਾਲ ਮੂੰਹ ਸਾਫ਼ ਕਰਦੇ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਨੇ ਸਿੱਖਾਂ ਨੂੰ ਆਪਣੇ ਪੁੱਤਰਾਂ ਤੋਂ ਵੀ ਵੱਧ ਕੇ ਪਿਆਰ ਕੀਤਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਹਾ ਸਿੰਘ ਜੀ ਨੂੰ ਪੁੱਛਿਆ ਕਿ ਬੋਲ ਮਹਾ ਸਿੰਘ ਕੀ ਕਹਿਣਾ ਚਾਹੁੰਦਾ ਹੈ ਤਾਂ ਮਹਾ ਸਿੰਘ ਜੀ ਨੇ ਬੇਨਤੀ ਕੀਤੀ ਕਿ ਜੋ ਬੇਦਾਵਾ ਅਸੀਂ ਤੁਹਾਨੂੰ ਦੇ ਕੇ ਆਏ ਸਨ ਕਿਰਪਾ ਕਰੋ ਉਸ ਤੋਂ ਸਾਨੂੰ ਮੁਕਤ ਕਰੋ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ ਚਾਰਕੁੰਟ ਦੇ ਇਸ ਪਰਮੇ ਥਕਾਏ ਪ੍ਰਭ ਕੀ ਸਾਮ ਕਹਿੰਦੇ ਜਿਵੇਂ ਦੁੱਧ ਤੋਂ ਗਾਂ ਦੁੱਧ ਤੋਂ ਬਿਨਾ ਗਾਂ ਦਾ ਮੁੱਲ ਨਹੀਂ ਪਾਣੀ ਤੋਂ ਬਿਨਾ ਬਨਸਪਤੀ ਸੁੱਕ ਜਾਂਦੀ ਹੈ ਸਾਡਾ ਵੀ ਤੁਹਾਡੇ ਤੋਂ ਬਿਨਾ ਉਹ ਹਾਲ ਹੋ ਗਿਆ ਹੈ ਜਦੋਂ ਅਸੀਂ ਤੁਹਾਨੂੰ ਬੇਦਾਵਾ ਦੇ ਕੇ ਆਏ ਕਿਰਪਾ ਕਰੋ ਉਸ ਬੇਦਾਵੇ ਨੂੰ ਪਾੜ ਕੇ ਸਾਨੂੰ ਆਪਣੇ ਚਰਨਾਂ ਨਾਲ ਲਗਾ ਲਵੋ ਸਾਨੂੰ ਉਸ ਬੇਦਾਵੇ ਤੋਂ ਮੁਕਤ ਕਰੋ ਟੂਟੀ ਗੰਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਗੁਰੂ ਜੀ ਕਮਰ ਕਸੇ ਵਿੱਚੋਂ ਉਹ ਬੇਦਾਵਾ ਕੱਢ ਕੇ ਪਾੜ ਦਿੰਦੇ ਹਨ ਤੇ ਸਿੰਘਾਂ ਨੂੰ ਉਸ ਬੇਦਾਵੇ ਤੋਂ ਮੁਕਤ ਕਰ ਦਿੰਦੇ ਹਨ ਇਸ ਤਰ੍ਹਾਂ ਮੁਕਤ ਸਰਦੀ ਧਰਤੀ ਇੱਥੇ ਕਈ ਸਥਾਨ ਵੇਖਣ ਯੋਗ ਹਨ ਗੁਰਦੁਆਰਾ ਟਿੱਬੀ ਸਾਹਿਬ ਇਹ ਗੁਰਦੁਆਰਾ ਉਸ ਸਥਾਨ ਤੇ ਸ਼ਿਸ਼ੋਭਿਤ ਹੈ ਜਿੱਥੇ ਟਿੱਬੀ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਖੜੇ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਯੁੱਧ ਚ ਤੀਰ ਚਲਾਏ ਸੀ ਗੁਰਦੁਆਰਾ ਰਕਾਬगंज ਸਾਹਿਬ ਇਹ ਗੁਰਦੁਆਰਾ ਉਸ ਸਥਾਨ ਤੇ ਸ਼ਿਸ਼ੋਭਿਤ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੀ ਰਕਾਬ ਟੁੱਟੀ ਸੀ ਗੁਰਦੁਆਰਾ ਤੰਬੂ ਸਾਹਿਬ ਇਹ ਗੁਰਦੁਆਰਾ ਉਸ ਸਥਾਨ ਤੇ ਸ਼ਿਸ਼ੋਭਿਤ ਹੈ ਜਿੱਥੇ ਯੁੱਧ ਦੇ ਮੈਦਾਨ ਵਿੱਚ ਲੜਨ ਲਈ ਸਿੱਖਾਂ ਨੇ ਤੰਬੂ ਗੱਡੇ ਸਨ ਅਤੇ ਝਾੜੀਆਂ ਉੱਤੇ ਕੱਪੜੇ ਪਾ ਕੇ ਦੁਸ਼ਮਣਾਂ ਨੂੰ ਇਹ ਭੁਲੇਖਾ ਦਿੱਤਾ ਸੀ ਕਿ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਇਹ ਗੁਰਦੁਆਰਾ ਉਸ ਸਥਾਨ ਤੇ ਸਥਾਪਿਤ ਹੈ ਜਿੱਥੇ ਯੁੱਧ ਦੇ ਮੈਦਾਨ ਵਿੱਚ ਲੜਦੇ ਹੋਏ ਸਿੰਘ ਸ਼ਹੀਦ ਹੋਏ ਸਨ ਗੁਰਦੁਆਰਾ ਮੰੰਜਨ ਸਾਹਿਬ ਇਹ ਗੁਰਦੁਆਰਾ ਉਸ ਸਥਾਨ ਤੇ ਸਥਾਪਿਤ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਦੰਦ ਸਾਫ਼ ਕਰਨ ਤੋਂ ਬਾਅਦ ਦਾਤਣ ਨੂੰ ਮਿੱਟੀ ਦੇ ਵਿੱਚ ਗੱਡ ਦਿੱਤਾ ਸੀ ਅਤੇ ਬਾਅਦ ਵਿੱਚ ਉਹ ਦਾਤਣ ਫੁੱਟ ਪਈ ਸੀ ਤੇ ਇੱਕ ਵੱਡਾ ਦਰਖਤ ਬਣ ਗਈ ਸੀ ਇਸ ਤਰ੍ਹਾਂ ਇਸ ਮੁਕਤਸਰ ਦੀ ਧਰਤੀ ਉਹ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਟੁੱਟੀ ਡੋਰ ਨੂੰ ਦੁਬਾਰੇ ਗੰਢਿਆ ਸੀ। ਉਹਨਾਂ ਦੀ ਭੁੱਲ ਬਖਸ਼ਾਈ ਸੀ। ਅੱਜ ਵੀ ਸਿੱਖ ਸੰਗਤਾਂ ਆਪਣੇ ਗੁਰੂ ਨਾਲ ਟੁੱਟੀ ਡੋਰ ਨੂੰ ਮੁੜ ਗੰਢਣ ਦੀ ਭਾਵਨਾ ਨਾਲ ਮਾਗੀ ਦੇ ਦਿਹਾੜੇ ਤੇ ਨਤਮਸਤਕ ਹੁੰਦੀਆਂ ਹਨ। ਕੋਟ-ਕੋਟ ਪ੍ਰਣਾਮ ਟੁੱਟੀ ਗੰਢਣ ਵਾਲੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟ-ਕੋਟ ਪ੍ਰਣਾਮ ਉਹਨਾਂ ਚਾਲੀ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ